ਬਾਏ ਗੁਰੂ ਜੀ ਕਾ ਖਾਲਸਾ ਬਾਏ ਗੁਰੂ ਜੀ ਕੀ ਫਤਿਹ। ਦੁਨੀਆ ਵਿੱਚ ਜਿਸ ਦਾ ਕੋਈ ਸਾਨੀ ਨਹੀਂ ਉਸ ਗੁਰੂ ਨਸਾਨੀ ਦੀ ਗੱਲ ਕਰੀਏ। 26 ਸਾਲ ਭੋਰੇ ਵਿੱਚ ਜਿਸ ਨੇ ਤਪ ਕੀਤਾ ਉਸ ਬ੍ਰਹਮ ਗਿਆਨੀ ਦੀ ਗੱਲ ਕਰੀਏ। ਦਿੱਤੀ ਗਈ ਚਾਂਦਨੀ ਚੌਂਕ ਅੰਦਰ ਉਸ ਪਾਵਨ ਕੁਰਬਾਨੀ ਦੀ ਗੱਲ ਕਰੀਏ। ਮੇਰਾ ਨਾਮ ਹਿਮਾਂਸ਼ੂ ਹੈ। ਅੱਜ ਇਸ ਆਨਲਾਈਨ ਮੁਕਾਬਲੇ ਵਿੱਚ ਮੇਰੇ ਬੋਲਣ ਦਾ ਵਿਸ਼ੇ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸਿੱਧੀ ਦੇ ਕਾਰਨ ਅਤੇ ਨਤੀਜੇ। ਸੂਰਾ ਸੋ ਪਹਿਚਾਨੀਏ ਸੋ ਲੜੇ ਦੀਨ ਕੇ, ਪੁਰਜਾ ਪੁਰਜਾ ਕੱਟ ਮਰੇ ਕਬੁ ਨਾ ਛਾਂਡੇ ਖੇਤ। ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਖਾਤਰ ਮਹਾਨ ਕੁਰਬਾਨੀਆਂ ਦਿੱਤੀਆਂ। ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦਬੀ ਕੁਚਲੀ ਅਤੇ ਹਾਕਮ ਹੇਠ ਕੁਰਾ ਰਹੀ ਕੌਮ ਆਪਣੇ ਹੱਕ ਅਤੇ ਇਨਸਾਫ ਲਈ ਲੜ ਲਈ ਤਿਆਰ ਤਿਆਰ ਹੋ ਗਈ। ਗੁਰੂ ਜੀ ਦਾ ਜਨਮ ਵਿਸਾਖ ਸੁਪੰਚਮ ਸੰਮਤ 1678 ਮੁਤਾਬਿਕ ਅੰਗਰੇਜ਼ੀ ਮਹੀਨੇ ਅਨੁਸਾਰ 1 ਅਪ੍ਰੈਲ 1621 ਈਸਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ। ਕੁਛ ਸਮਾਂ ਬੀਤਦਾ ਹੈ। ਗੁਰੂ ਜੀ ਦਾ ਵਿਆਹ 1632 ਈਸਵੀ ਨੂੰ ਮਾਤਾ ਗੁਜਰੀ ਜੀ ਨਾਲ ਹੁੰਦਾ ਹੈ। ਆਪ ਜੀ ਦੇ ਘਰ ਇੱਕ ਸਪੁੱਤਰ ਦਾ ਜਨਮ ਹੁੰਦਾ ਹੈ ਜਿਹਦਾ ਨਾਮ ਗੁਰੂ ਗੋਬਿੰਦ ਰਾਏ ਰੱਖਿਆ ਜਾਂਦਾ ਹੈ। ਕੁਝ ਹੋਰ ਸਮਾਂ ਬੀਤਦਾ ਹੈ। ਉਸ ਸਮੇਂ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ ਅਤੇ ਔਰੰਗਜ਼ੇਬ ਦੇ ਹੁਕਮਾਂ ਅਨੁਸਾਰ ਉੱਥੇ ਦਾ ਸੂਬੇਦਾਰ ਸ਼ੇਰ ਅਫਗਾਨਿਸਤਾਨ ਜ਼ਬਰਦਸਤੀ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾ ਕੇ ਉਹਨਾਂ ਦਾ ਧਰਮ ਬਦਲੀ ਕਰਾ ਰਿਹਾ ਸੀ। ਜਦੋਂ ਉਹਨਾਂ ਦੀ ਫਰਿਆਦ ਕਿਸੇ ਪਾਸੇ ਨਾ ਸੁਣੀ ਗਈ ਤਾਂ ਉਹਨਾਂ ਨੇ ਅੰਤ ਗੁਰੂ ਤੇਗ ਬਹਾਦਰ ਜੀ ਕੋਲ ਆਉਣ ਦਾ ਫੈਸਲਾ ਕੀਤਾ। 25 ਮਈ 1675 ਈਸਵੀ ਨੂੰ 16 ਕਸ਼ਮੀਰੀ ਪੰਡਤਾਂ ਦਾ ਇੱਕ ਜੱਥਾ ਤਖ਼ਤ ਚੱਕ ਨਾਨਕੀ ਵਿਖੇ ਪਹੁੰਚਿਆ। ਉੱਥੇ ਉਹਨਾਂ ਨੂੰ ਗੁਰੂ ਜੀ ਦੇ ਦਰਬਾਰ ਤਖ਼ਤ ਦਮਦਮਾ ਸਾਹਿਬ ਵਿਖੇ ਪਹੁੰਚਾਇਆ ਗਿਆ। ਉੱਥੇ ਉਹਨਾਂ ਨੇ ਗੁਰੂ ਜੀ ਨੂੰ ਸਾਰੀ ਕਹਾਣੀ ਦੱਸੀ। ਗੁਰੂ ਜੀ ਨੇ ਕਹਿਣ ਲੱਗੇ, ਜੋ ਸਰਨੀ ਆਵੇ ਤਿਸ ਕੰਠੀ ਲਾਵੇ। ਇਸ ਮਾਣ ਵਾਕਿਆ ਦੇ ਅਨੁਸਾਰ ਜੋ ਗੁਰੂ ਨਾਨਕ ਦੇਵ ਜੀ ਦੇ ਦਰ ਤੇ ਆਉਂਦਾ ਹੈ ਉਹ ਖਾਲੀ ਹੱਥ ਨਹੀਂ ਪਰਤੇਗਾ। ਇਹ ਕਹਿ ਕੇ ਗੁਰੂ ਜੀ ਉਸ ਸਮੇਂ ਲਈ ਮੌਨ ਹੋ ਜਾਂਦੇ ਹਨ। ਫਿਰ ਫਰਮਾਉਂਦੇ ਹਨ ਕਿ ਇਸ ਸਮੇਂ ਕਿਸੇ ਮਹਾਨ ਵਿਅਕਤੀ ਦੀ ਕੁਰਬਾਨੀ ਦੀ ਲੋੜ ਹੈ। ਕੋਲ ਬੈਠੇ ਬਾਲ ਗੋਬਿੰਦ ਰਾਏ ਕਹਿੰਦੇ ਹਨ ਕਿ ਇਸ ਸਮੇਂ ਪੂਰੀ ਦੁਨੀਆ ਵਿੱਚ ਆਪ ਜੀ ਤੋਂ ਮਹਾਨ ਵਿਅਕਤੀ ਹੋਰ ਕੌਣ ਹੋ ਸਕਦਾ ਹੈ। ਛੋਟੇ ਜਿਹੇ ਬਾਲਕ ਤੋਂ ਐਡੀ ਵੱਡੀ ਗੱਲ ਸੁਣ ਕੇ ਗੁਰੂ ਤੇਗ ਬਹਾਦਰ ਜੀ ਖੁਦ ਕੁਰਬਾਨੀ ਦੇਣ ਦਾ ਫੈਸਲਾ ਕਰ ਲੈਂਦੇ ਹਨ ਅਤੇ ਕਸ਼ਮੀਰੀ ਪੰਡਤਾਂ ਨੂੰ ਕਹਿੰਦੇ ਹਨ, ਜਾਓ ਔਰੰਗਜ਼ੇਬ ਨੂੰ ਕਹਿ ਦਿਓ ਕਿ ਪਹਿਲਾਂ ਸਾਡੇ ਗੁਰੂ ਜੀ ਦਾ ਧਰਮ ਬਦਲੀ ਕਰੇ, ਫਿਰ ਅਸੀਂ ਆਪਣਾ ਧਰਮ ਅਸੀਂ ਖੁਸ਼ੀ ਬਦਲੀ ਕਰ ਲਵਾਂਗੇ। ਫਿਰ ਇਹ ਕਹਿ ਕੇ ਗੁਰੂ ਜੀ ਕੁਰਬਾਨੀ ਦੇਣ ਲਈ ਦਿੱਲੀ ਵੱਲ ਤੁਰ ਪੈਂਦੇ ਹਨ। ਜਦੋਂ ਉਹਨਾਂ ਨੂੰ ਔਰੰਗਜ਼ੇਬ ਦੇ ਸਾਹਮਣੇ ਲਿਆਂਦਾ ਜਾਂਦਾ ਹੈ ਤਾਂ ਉਹ ਗੁਰੂ ਜੀ ਨੂੰ ਇਸਲਾਮ ਧਰਮ ਕਬੂਲ ਕਰਨ ਲਈ ਕਹਿੰਦੇ ਹੈ, ਪਰ ਗੁਰੂ ਜੀ ਉੱਤਰ ਦਿੰਦੇ ਹਨ ਕਿ ਧਰਮ ਤਲਵਾਰ ਦੀ ਨੋਕ ਉੱਤੇ ਨਹੀਂ ਬਦਲੇ ਜਾਂਦੇ। ਨਾ ਹੀ ਤੁਸੀਂ ਸੱਚੇ ਮੁਸਲਮਾਨ ਹੋਣ ਦਾ ਸੰਕੇਤ ਦੇ ਰਹੇ ਹੋ, ਨਾ ਹੀ ਰੱਬ ਦੀ ਰਜ਼ਾ ਉੱਤੇ ਚੱਲ ਰਹੇ ਹੋ, ਨਾ ਹੀ ਆਪਣੀ ਪ੍ਰਜਾ ਪ੍ਰਤੀ ਆਪਣੇ ਕਰਤੱਵਾਂ ਦਾ ਪਾਲਣ ਕਰ ਰਹੇ ਹੋ। ਇਹ ਸੁਣ ਕੇ ਉਹ ਗੁਰੂ ਜੀ ਨੂੰ ਪਿੰਜਰੇ ਬੰਦ ਕਰਨ ਦਾ ਹੁਕਮ ਦਿੰਦਾ ਹੈ। ਭਾਈ ਮਤੀਦਾਰ ਜੀ ਨੂੰ ਹਾਰੇ ਵਿੱਚ ਚਿਰਾ ਦਿੱਤਾ ਜਾਂਦਾ ਹੈ। ਭਾਈ ਜਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਸੁੱਟ ਦਿੱਤਾ ਕਿ ਸੀਰ ਕਰ ਦਿੱਤਾ ਜਾਂਦਾ ਹੈ। ਗੁਰੂ ਜੀ ਦੇ ਮੁਰੀਦਾਂ ਬੜੇ ਤਸੀਹੇ ਦਿੱਤੇ ਜਾਂਦੇ ਹਨ, ਪਰ ਗੁਰੂ ਜੀ ਦੀ ਸਿੱਧ ਹੋਰ ਵੀ ਅਡੋਲ ਹੋ ਜਾਂਦੀ ਹੈ। ਅੰਤ ਮੱਗਰ ਸੁਦੀ 5 ਸਮੰਤ 1732 ਮੁਤਾਬਿਕ ਅੰਗਰੇਜ਼ੀ ਮਹੀਨੇ 11 ਨਵੰਬਰ 1675 ਈਸਵੀ ਨੂੰ ਜਲਾਲ ਜਲਾਲੂਦੀਨ ਦੁਆਰਾ ਗੁਰੂ ਜੀ ਦਾ ਸੀਸ ਧੜ ਨਾਲ ਵੱਖ ਕਰ ਦਿੱਤਾ ਜਾਂਦਾ ਹੈ, ਪਰ ਗੁਰੂ ਜੀ ਨੂੰ ਉਸੀ ਤੱਕ ਨਹੀਂ ਉਚਾਰਦੇ ਹਨ। ਇਹ ਦੇਖ ਕੇ ਦਿੱਲੀ ਦਾ ਦਿਲ ਵੀ ਦੰਗ ਰਹਿ ਜਾਂਦਾ ਹੈ। ਚਾਰੋ ਪਾਸੇ ਹਨੇਰੀਆਂ ਚੱਲਦੀਆਂ ਹਨ। ਭਾਈ ਜਾਤਾ ਜੀ ਅੱਖ ਬਚਾ ਕੇ ਗੁਰੂ ਜੀ ਦਾ ਸੀਸ ਅਨੰਦਪੁਰ ਸਾਹਿਬ ਲੈ ਆਉਂਦੇ ਹਨ। ਬਾਹ ਜਿਨ ਕੀ ਪਕੜੀਏ ਸਿਰ ਦੀਜੀਏ ਪਰ ਬਾਣਾ ਸੋ ਛੋੜੀਏ। ਗੁਰੂ ਜੀ ਦੀ ਅੱਜ ਵੀ ਗੁਰੂ ਜੀ ਦੀ ਇਹ ਸਾਧ ਪੂਰੇ ਵਿਸ਼ਵ ਵਿੱਚ ਜਾਣੀ ਜਾਂਦੀ ਹੈ ਅਤੇ ਆਉਣ ਵਾਲੀ ਪੀੜ੍ਹੀਆਂ ਨੂੰ ਸਿੱਖਿਆ ਦੇਣ ਦਾ ਕੰਮ ਕਰ ਰਹੀ ਹੈ। ਅੱਜ ਸਾਡਾ ਧਰਮ ਕਿੰਨੇ ਹਿੱਸਿਆਂ 'ਚ ਵੰਡਿਆ ਹੋਇਆ, ਪਰ ਗੁਰੂ ਜੀ ਦੀ ਸਿੱਧੀ ਅੱਜ ਵੀ ਉਹਨਾਂ ਨੂੰ ਅੱਗੇ ਲੈ ਕੇ ਜਾ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।